मालेरकोटला नगर पालिका का खजाना हुआ खाली। 4 महीने से नगर कौंसिल की जेसीबी मशीन, ट्रैक्टर ट्राली और दूसरी गाड़ियों के तेल के पैसे न देने के कारण पेट्रोल पंप मालिक ने तेल देने से इनकार कर दिया है। जी हाँ, 4 महीने का तेल का बिल 50 लाख के करीब हो गया है, जिसके चलते पेट्रोल पंप मालिक ने आगे से उधार देने से हाथ खड़े कर दिए हैं, जिस कारण सभी गाड़ियां नगर कौंसिल कार्यालय में लाकर चालकों ने खड़ी कर दी हैं। गौरतलब है कि पहले ही लोग कोरोना वायरस, डेंगू जैसी बीमारियों से घबराए हुए हैं। ऐसे में नगर पालिका की गाड़ियां जो शहर का कूड़ा करकट उठाती हैं, उनका एकदम से तेल के बिना खड़े हो जाना लोगों के लिए और भी परेशानियां खड़ी कर सकता है। प्रशासन को चाहिए कि जल्द से जल्द कहीं से पैसे का इंतजाम कर पेट्रोल पंप मालिक की पेमेंट दी जाए, ताकि कोरोना और दूसरी बीमारियों के मद्देनज़र शहर में कूड़ा करकट उठाने और सफाई के काम में कोई परेशानी ना आए। आज़ाद टीवी न्यूज़ के लिए मालेरकोटला से मोहम्मद काजम के साथ शाहिद जुबैरी की रिपोर्ट। ਕਿੱਥੇ ਗਏ ਸੁਬਹ ਪੰਪ ਤੇ ਗਿਆ ਤੇਲ ਪਵਾਉਣ ਪੰਪ ਤੇ ਗਏ ਸੀ ਜਵਾਬ ਦਿੱਤਾ ਜੀ ਉਹ ਕੀ ਕਹਿੰਦੇ ਕਹਿੰਦੇ ਤੇਲ ਨਹੀਂ ਹੋਈ ਤੇਲ ਨਹੀਂ ਹੈਗਾ ਕਾਰਨ ਨਹੀਂ ਪਤਾ ਨਹੀਂ ਉਹ ਕੁਛ ਤਾਂ ਕਿਹਾ ਵੀ ਤੇਲ ਕਿਉਂ ਨਹੀਂ ਹੈਗਾ ਜਾਂ ਪੰਪ ਚਿੰਤੇ ਰਹੇਗਾ ਜਾਂ ਨਹੀਂ ਤੇਲ ਹੈਗਾ ਉੱਥੇ ਮਤਲਬ ਸਾਨੂੰ ਮਨਾ ਕਰਤਾ ਤੇਲ ਪਾਉਣ ਤੋਂ ਅੱਛਾ ਕਿਉਂ ਮਨਾ ਕੀਤਾ ਇਹ ਨਹੀਂ ਪਤਾ ਜੀ ਅੱਛਾ ਉਰੇ ਆ ਕੇ ਤੁਸੀਂ ਕਿਸੇ ਨੂੰ ਕਿਹਾ ਫਿਰ ਹਾਂਜੀ ਅਫਸਰਾਂ ਨੂੰ ਦੱਸਿਆ ਜੀ ਕੀ ਕਹਿੰਦੇ ਅਫਸਰ ਅਫਸਰ ਕਹਿੰਦੇ ਖੜੀਆਂ ਕਰ ਦਿਓ ਜੋ ਕਰਨਗੇ ਗੱਲ ਇੱਥੋਂ ਤੇਲ ਦੀ ਕੋਈ ਪਰਚੀ ਜਾਂਦੀ ਹੈ ਜਾਂ ਪੇਮੈਂਟ ਜਾਂਦੀ ਹੈ ਮਤਲਬ ਕੀ ਮੈਟਰ ਅੱਜ ਟਰਾਲੀਆਂ ਖੜੀਆਂ ਨੇ ਇਸੇ ਕਾਰਨ ਖੜੀਆਂ ਜੀ ਜਦ ਤੇਲ ਨਹੀਂ ਸਾਡੇ ਅਸੀਂ ਪੰਪ ਤੇ ਗਏ ਸੀਗੇ ਅੱਛਾ ਸਾਨੂੰ ਉੱਥੋਂ ਤੇਲ ਤੋਂ ਜਵਾਬ ਦਿੱਤਾ ਗਿਆ ਅੱਛਾ ਵਜ੍ਹਾ ਜਵਾਬ ਦੇਣ ਦੀ ਕੋਈ ਇਹ ਨਹੀਂ ਪਤਾ ਜੀ ਪੰਪ ਵਾਲਿਆਂ ਨੇ ਦੱਸਿਆ ਉਹ ਪਰਚੀ ਮਿਲਦੀ ਤੁਹਾਨੂੰ ਉਦੋਂ ਪਰਚੀ ਨਹੀਂ ਮਿਲਦੀ ਡੇਲੀ ਜਾਂਦੇ ਹਾਂ ਅਫਸਰ ਸਾਡੇ ਪੰਪ 'ਤੇ ਅੱਛਾ ਉੱਥੋਂ ਆਪਣੇ ਆਪ ਤੇਲ ਪੈ ਜਾਂਦਾ ਹਾਂਜੀ ਅਫਸਰੋਂ ਆ ਗਿਆ ਤੁਸੀਂ ਦੱਸਿਆ ਹਾਂਜੀ ਦੱਸਿਆ ਕਿੰਨੇ ਟਰੈਕਟਰ ਟਰਾਲੀਆਂ ਖੜੀਆਂ ਨੇ ਟਰੈਕਟਰ ਤਕਰੀਬਨ ਆਪਣੇ ਕੋਲ 10 ਕੁ ਟਰੈਕਟਰ ਹੈਗੇ ਜੀ 10 ਕੁ ਆਪਣੇ ਛੋਟੇ ਹਾਥੀ ਹੈਗੇ ਆ ਤਿੰਨ ਕੁ ਮਸ਼ੀਨਾਂ ਹੈਗੀਆਂ ਵੱਡੀਆਂ ਜੇ ਵਿੱਚ ਮਤਲਬ ਸੁਬਹ ਦਾ ਕੋਈ ਵੀ ਕੰਮ ਨਹੀਂ ਕੋਈ ਕੰਮ ਨਹੀਂ ਜਿਹੜਾ ਸ਼ਹਿਰ 'ਚ ਗੰਦਾ ਉਸ ਨਹੀਂ ਪਿਆ ਉੱਕ ਨਹੀਂ ਪਿਆ ਜੀ ਸਾਰਾ ਕੰਮ ਸੁਬਹ ਦਾ ਠੱਪ ਹੀ ਹੈ ਨਾ ਮਸ਼ੀਨਰੀ ਗਈ ਨਹੀਂ ਕੰਮ ਸਾਰੀ ਠੱਪ ਤਨਖਾਹ ਦਾ ਹੀ ਕਹਿੰਦੇ ਜੀ ਅਸੀਂ ਵੀ ਸਾਨੂੰ ਟਾਈਮ ਦੇ ਤਨਖਾਹ ਕਿੰਨਾ ਚਿਰ ਤਨਖਾਹ ਮਿਲੀ ਨਹੀਂ ਸਾਨੂੰ ਤਨਖਾਹ ਦਾ ਜੀ 2 ਮਹੀਨੇ ਹੋ ਗਏ ਜੀ ਤਨਖਾਹ ਦਾ ਨਾਮ ਤੁਸੀਂ ਆਪਣਾ ਫਿਰ ਘਰ ਦਾ ਘਰੇਲੂ ਖਰਚਾ ਕਿੱਥੋਂ ਕਰਦੇ ਬਹੁਤ ਸਹੀ ਚਲਾਈ ਜਾਂਦੇ ਗੱਡੀ ਰੋੜੀ ਜਾਂਦੇ ਮੋਦਪੁਰ ਬੰਦੇ ਨੂੰ ਕਿਹਾ ਕਿਸੇ ਨੂੰ ਨਹੀਂ ਕਿਹਾ ਜਵਾਬ ਮਿਲ ਗਿਆ ਅਸੀਂ ਅਫਸਰ ਨੂੰ ਕਿਹਾ ਉਹ ਕਹਿੰਦਾ ਵੀ ਸਾਹਿਬ ਆਉਣਗੇ ਗੱਲ ਕਰਾਂਗੇ ਅਫਸਰ ਨੂੰ ਕਿਹਾ ਹਾਂਜੀ।